ਪਿੰਡ ਮੁਸ਼ਕਾਬਾਦ ਦੇ ਵਿੱਚ ਲੱਗ ਰਹੀ ਬਾਇਓਗੈਸ ਫੈਕਟਰੀ ਦੇ ਵਿਰੋਧ ਵਿੱਚ ਲੁਧਿਆਣਾ ਨੈਸ਼ਨਲ ਹਾਈਵੇ ਜਾਮ। ਲੋਕਾਂ ਵੱਲੋਂ ਭਾਰੀ ਗਿਣਤੀ ਵਿੱਚ ਕੀਤਾ ਜਾ ਰਿਹਾ ਰੋਸ ਪ੍ਰਦਰਸ਼ਨ। ਜਦੋਂ ਤੱਕ ਲਿਖਤੀ ਰੂਪ ਵਿੱਚ ਪ੍ਰਸ਼ਾਸਨ ਵੱਲੋਂ ਪੱਤਰ ਸਾਨੂੰ ਨਹੀਂ ਮਿਲੇਗਾ ਉਦੋਂ ਤੱਕ ਰਹੇਗਾ ਧਰਨਾ ਜਾਰੀ। ਅੱਜ ਪਿੰਡ ਮੁਸ਼ਕਾਬਾਦ ਅਤੇ ਨਾਲ ਲੱਗਦੇ 10 ਪਿੰਡਾਂ ਦੇ ਸੈਂਕੜੇ ਨਿਵਾਸੀਆਂ ਅਤੇ ਬੀਕੇਯੂ ਕਾਦੀਆਂ ਦੇ ਕਿਸਾਨਾਂ ਨੇ ਅੱਤ ਦੀ ਗਰਮੀ 'ਚ ਪਿੰਡ ਮੁਸ਼ਕਾਬਾਦ ਦੇ ਵਿੱਚ ਲੱਗ ਰਹੀ ਬਾਇਓਗੈਸ ਫੈਕਟਰੀ ਦੇ ਵਿਰੋਧ ਵਿੱਚ ਲੁਧਿਆਣਾ ਨੈਸ਼ਨਲ ਹਾਈਵੇ ਜਾਮ ਕਰ ਧਰਨਾ ਲਗਾਇਆ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੇ ਵਿੱਚ ਭਾਰੀ ਗਿਣਤੀ ਵਿੱਚ ਯੂਥ, ਔਰਤਾਂ ਅਤੇ ਬਜ਼ੁਰਗ ਵੀ ਸ਼ਾਮਿਲ ਹੋਏ। ਪਿੰਡ ਨਿਵਾਸੀਆਂ ਅਤੇ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਪਿੰਡ ਮੁਸ਼ਕਾਬਾਦ ਦੇ ਵਿੱਚ ਲੱਗ ਰਹੀ ਫੈਕਟਰੀ ਬੰਦ ਹੋਣ ਦਾ ਲਿਖਤੀ ਰੂਪ ਵਿੱਚ ਪ੍ਰਸ਼ਾਸਨ ਵੱਲੋਂ ਪੱਤਰ ਸਾਨੂੰ ਨਹੀਂ ਮਿਲੇਗਾ ਉਦੋਂ ਤੱਕ ਇਹ ਧਰਨਾ ਚੱਲਦਾ ਰਹੇਗਾ। ਇਸ ਧਰਨੇ ਦੇ ਵਿੱਚ ਸਮਰਾਲਾ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੀ ਟੀਮ ਦੇ ਨਾਲ ਸਾਬਕਾ ਵਿਧਾਇਕ ਜਗਜੀਵਨ ਸਿੰਘ ਖਿਰਨੀਆ ਮੌਕੇ ਤੇ ਪਹੁੰਚੇ, ਜਿਨ੍ਹਾਂ ਨੇ ਧਰਨਾਕਾਰੀ ਅਤੇ ਕਿਸਾਨਾਂ ਨੂੰ ਵਿਸ਼ਵਾਸ ਦਵਾਇਆ ਕਿ ਇਹ ਫੈਕਟਰੀ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਚੱਲੇਗੀ। ਧਰਨੇ ਦੇ ਮੌਕੇ ਪਹੁੰਚੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖਿਰਨੀਆ ਨੇ ਕਿਹਾ ਕਿ ਇਹ ਜੋ ਧਰਨਾ ਅੱਜ ਪਿੰਡ ਮੁਸ਼ਕਾਬਾਦ ਅਤੇ ਨਾਲ ਲੱਗਦੇ ਪਿੰਡਾਂ ਵਿੱਚੋਂ ਲਗਾਇਆ ਗਿਆ, ਜਿਸ ਦੇ ਵਿੱਚ ਮੇਰਾ ਪਿੰਡ ਖਿਰਨੀਆ ਵੀ ਸ਼ਾਮਿਲ ਹੈ, ਅਤੇ ਮੈਂ ਆਪਣੇ ਪਿੰਡ ਅਤੇ ਆਲੇ ਦੁਆਲੇ ਪਿੰਡਾਂ ਦੇ ਨਿਵਾਸੀਆਂ ਲਈ ਖਤਰਾ ਸਾਬਤ ਹੋਣ ਵਾਲੀ ਫੈਕਟਰੀ ਨੂੰ ਨਹੀਂ ਲੱਗਣ ਦੇਵਾਂਗਾ। ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ, ਸੁਣੋ ਪੂਰੀ ਖਬਰ। ਮੈਂ ਜਗਜੀਵਨ ਸਿੰਘ ਖਿਰਨੀਆ, ਸਾਬਕਾ MLA ਹਲਕਾ ਸਮਰਾਲਾ। ਮੈਂ ਪਹਿਲਾਂ ਵੀ ਦੱਸ ਚੁੱਕਿਆ ਸਾਰੇ ਭਰਾਵਾਂ ਨੂੰ ਕਿ ਜਿਹੜਾ ਇਹ ਧਰਨਾ ਲੱਗਿਆ ਇਹਦਾ ਕੋਈ ਕਾਰਨ ਹੈ। ਜਿਹੜੀ ਸਾਡੇ ਮੁਸ਼ਕਾਬਾਦ ਇੱਕ ਗੈਸ ਬੈਟਰੀ ਲੱਗ ਰਹੀ ਹੈ, ਉਹਦੇ ਨਾਲ ਲੱਗਣ ਦੇ ਨਾਲ ਨਾਲ ਜਿਹੜੇ ਕਾਫੀ 15-20 ਪਿੰਡ ਪ੍ਰਭਾਵਿਤ ਹੋਣਗੇ, ਜਿਹਨਾਂ ਦੇ ਵਿੱਚ ਮੁਸ਼ਕਾਬਾਦ, ਖਾਸ ਤੌਰ ਉੱਤੇ ਸਾਡਾ ਪਿੰਡ ਖੁਦ ਖੀਵੀਆਂ, ਖੇੜੀਆਂ, ਬਰਮਾ, ਝਾਰ ਸਾਹਿਬ, ਸਿਹਾਲਾ, ਗਹਿਲੇਵਾਲ, ਹਰਿਓ ਕਲਾ, ਹਰਿਓ ਖਰਦ, ਟੱਪਰੀਆਂ, ਇਹ ਜਿਹੜੇ ਲੱਗਣ, ਇਹਨਾਂ ਨੇ ਬਹੁਤ ਵੱਡੀ ਪ੍ਰਭਾਵਿਤ ਹੋਣਾ ਪਿੰਡਾਂ ਦੇ ਵਿੱਚ। ਇਹ ਜਿਹੜੀ ਫੈਕਟਰੀ ਦਾ ਲੱਗਣ ਦਾ ਕਾਰਨ, ਵਿਰੋਧ ਕਰਨ ਦਾ ਕਾਰਨ ਇਹਦਾ ਇਹ ਆ ਵੀ ਇਹਨੇ ਪਾਣੀ ਵੀ ਖਰਾਬ ਕਰਨਾ, ਇਹਨੇ ਪ੍ਰਦੂਸ਼ਣ ਵੀ ਪੈਦਾ ਕਰਨਾ, ਇਹਨੇ ਬਦਬੂ ਵੀ ਵੱਡੀ ਮਾਰਨੀ ਇੱਥੇ, ਔਰ ਲੋਕਾਂ ਦਾ ਜੀਣਾ ਦੁੱਭਰ ਹੋ ਜਾਣਾ। ਇਹਦਾ ਇੱਕੋ ਇੱਕ ਕਾਰਨ ਆ ਵੀ ਇਹ ਜਿੰਨਾ ਫੈਕਟਰੀ ਬੰਦ ਨਹੀਂ ਹੁੰਦੀ, ਕਿਉਂਕਿ ਉਹਦੀ ਉਸਾਰੀ ਹੋ ਰਹੀ ਆ। ਉਸਾਰੀ ਜੇ ਬੰਦ ਨਹੀਂ ਹੁੰਦੀ ਤਾਂ ਮੈਂ ਸਮਝਦਾ ਕਿ ਸੰਘਰਸ਼ਮਈ ਲੋਕ ਨੇ ਜਿਹੜੇ, ਕਿਉਂਕਿ ਇਹ ਲੋਕ ਸਾਰੇ ਮੈਂ ਸਾਨੂੰ ਕਿਸਾਨਾਂ ਨਾਲ ਸੰਬੰਧਿਤ ਨੇ, ਉੱਥੇ ਬਹੁਤ ਜਿਹੜੀਆਂ ਉਪਜਾਊ ਜ਼ਮੀਨਾਂ ਨੇ, ਪਾਣੀ ਵੀ ਸਾਡੇ ਉੱਪਰ ਆ ਜਾਣਾ, ਪਾਣੀ ਨੇ ਵੀ ਖਰਾਬ ਹੋਣਾ, ਕਿਉਂਕਿ ਇਸ ਜਗ੍ਹਾ ਦੇ ਉੱਤੇ ਤਕਰੀਬਨ 3-4 ਵਾਰ ਧਰਨਾ ਲੱਗ ਗਿਆ। ਪ੍ਰਸ਼ਾਸਨ ਨੇ ਵੀ ਆ ਕੇ ਆਸ਼ਵਾਸਨ ਦਿੱਤਾ ਕਿ ਅਸੀਂ ਤੁਸੀਂ ਧਰਨਾ ਚੱਕ ਲਓ, ਅਸੀਂ ਉੱਪਰ ਹਾਈਕਮਾਂਡ ਨਾਲ ਗੱਲ ਕਰਾਂਗੇ। ਹਾਈਕਮਾਂਡ ਕੋਲ ਵੀ ਗੱਲ ਚਲੇ ਗਈ, MLA ਸਾਹਿਬ ਆਪ ਜਾ ਕੇ DCM ਸਾਹਿਬ ਨੂੰ ਮਿਲ ਕੇ ਆਏ ਨੇ, ਉੱਥੇ ਮੁੱਖ ਸਕੱਤਰ ਨੂੰ ਮਿਲ ਕੇ ਆਏ ਨੇ, DC ਸਾਹਿਬ ਨਾਲ ਵੀ ਮੈਡਮ ਨਾਲ ਗੱਲ ਹੋਈ ਆ। ਲੇਕਿਨ ਪਤਾ ਨਹੀਂ ਕੀ ਕਾਰਨ ਕੀ ਆ ਵੀ ਇਹ ਜਿਹੜਾ ਬੈਟਰੀ ਬੰਦ ਨਹੀਂ ਹੋ ਰਹੀ। ਮੈਂ ਸਮਝਦਾ ਜੀ ਕੋਈ ਵੀ ਆ ਕਾਰਨ, ਜੇ ਆਪਾਂ ਨੂੰ ਲੋਕਾਂ ਦੇ ਨਾਲ ਖੜਨਾ ਪੈਣਾ, ਠੀਕ ਆ ਕਿ ਉਹਨਾਂ ਨੇ ਜਿਹੜੀ ਹੋ ਸਕਦਾ ਉਹਨਾਂ ਨੇ ਕੋਈ ਪਰਮਿਸ਼ਨ ਲੈ ਲਈ ਜਾਂ ਕੋਈ ਗੱਲਬਾਤ, ਇਹ ਤਾਂ ਨਹੀਂ ਹੁੰਦਾ ਵੀ ਜਦ ਬੰਦੇ ਨੇ ਜੇ ਪਰਮਿਸ਼ਨ ਲੈ ਲਈ ਉਹਦਾ ਕਾਰਨ ਲੋਕ ਕਿਉਂ ਵਿਰੋਧ ਕਰ ਰਹੇ ਨੇ। ਜੇ ਲੋਕਾਂ ਦੀ ਨਹੀਂ ਹੈਗੀ ਕੋਈ ਗੱਲਬਾਤ ਫਿਰ ਤਾਂ ਲੋਕਾਂ ਨੇ ਆਪ ਹੀ ਲੱਗਣ ਦੇ ਦੇਣੀ ਆ। ਹੁਣ ਸਾਡੇ ਇੰਡਸਟਰੀ ਲੱਗੀ ਆ, ਕੋਈ ਕੋਲਡ ਸਟੋਰ ਲੱਗਿਆ ਹੋਇਆ, ਕੋਈ ਸ਼ੈਡਰ ਲੱਗਿਆ ਹੋਇਆ, ਉੱਥੇ ਉਹ ਲਾ ਰਹੇ ਨੇ, ਲੋਕ ਤਾਂ ਲਾ ਰਹੇ ਨੇ। ਹਾਲੇ ਤਾਂ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਰਾਹੀਂ, ਮਾਧਿਅਮ ਰਾਹੀਂ ਪ੍ਰਸ਼ਾਸਨ ਨੂੰ, ਸਰਕਾਰ ਤੱਕ ਪਹੁੰਚੇ। MLA ਸਾਹਿਬ ਸਾਡੇ, ਉਹਨਾਂ ਨੇ ਮੇਰੀ ਅੱਜ ਵੀ ਸਵੇਰੇ ਗੱਲ ਹੋਈ ਸੀ, ਉਹ ਕਹਿੰਦੇ ਵੀ ਕੋਈ ਨਹੀਂ ਆਪਾਂ ਮਸਲਾ ਹੱਲ ਕਰ ਰਹੇ ਇਸ ਚੀਜ਼ ਦਾ। ਅਸੀਂ ਸਾਡੇ ਕੈਂਡੀਡੇਟ ਗੁਰਪ੍ਰੀਤ ਸਿੰਘ ਜੀ, ਉਹਨਾਂ ਨਾਲ ਵੀ ਗੱਲ ਹੋਈ ਸੀ। ਸੋ ਮੇਰਾ ਕਹਿਣ ਤੋਂ ਭਾਵ ਹੈ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ, ਲੋਕਾਂ ਦੀ ਸੁਣੀ ਜਾਵੇ ਇੱਥੇ ਆ ਕੇ, ਇਹਨਾਂ ਨੂੰ ਆਸ਼ਵਾਸਨ ਦਿੱਤਾ ਜਾਵੇ ਕਿ ਇਹ ਬੈਟਰੀ ਨਹੀਂ ਲੱਗੂਗੀ। ਤੁਹਾਨੂੰ ਲੱਗਦਾ ਕਿ ਜਿਹੜਾ ਧਰਨਾ ਜੋ ਆਸ਼ਵਾਸਨ ਨਾਲ ਚੱਕਿਆ ਜਾਵੇਗਾ? ਨਹੀਂ, ਚੱਕਿਆ ਤਾਂ ਅੱਗੇ ਵੀ ਗਿਆ ਜੀ, ਪਰ ਇਹ ਅੱਜ ਮੈਂ ਦੇਖ ਰਿਹਾ ਕਿ ਟਰਾਲੀਆਂ ਭਰ ਕੇ ਰਾਸ਼ਨ ਦੀਆਂ ਲੈ ਕੇ ਆਏ ਨੇ, ਅੱਜ ਇਹ ਇਹਨਾਂ ਨੇ ਪੱਕਾ ਮੋਰਚੇ ਦੀ ਗੱਲ ਕੀਤੀ ਅੱਜ।
ਸੋ ਸਾਡਾ ਵੀ ਫਰਜ਼ ਬਣਦਾ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਸਰਕਾਰ ਤੋਂ ਉੱਪਰ ਉੱਠ ਕੇ ਅਸੀਂ ਲੋਕਾਂ ਦੇ ਨਾਲ ਖੜੇ ਹਾਂ। ਹਰਦੀਪ ਸਿੰਘ ਯਾਤਰਾ, ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਪਾਰਟੀ। ਦੇਖੋ ਇਹ ਨਾ ਸਾਡਾ ਇੱਕ ਸਾਲ ਤੋਂ ਉੱਪਰ ਦਾ ਸੰਘਰਸ਼ ਚੱਲ ਰਿਹਾ, ਜਿਹਦੇ ਸੰਬੰਧ ਵਿੱਚ ਅਸੀਂ ਵੱਖ ਵੱਖ ਅਧਿਕਾਰੀਆਂ ਨੂੰ ਮਿਲ ਚੁੱਕੇ ਹਾਂ, ਪਰ ਸਾਡੀ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਸਾਡੇ ਨੈਸ਼ਨਲ ਹਾਈਵੇ 'ਤੇ ਵੀ ਅੱਗੇ ਦੋ ਵਾਰ ਧਰਨਾ ਲੱਗ ਚੁੱਕਿਆ, ਇਸ ਸੰਬੰਧੀ ਅਸੀਂ ਆਪਣੇ ਪ੍ਰਿੰਸੀਪਲ ਸਕੱਤਰ ਚੰਡੀਗੜ੍ਹ ਦੇ ਨੂੰ ਵੀ ਸਾਡੀ ਮੁਲਾਕਾਤ ਹੋ ਸਕੀ ਹੈ। ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਸੀ ਕਿ ਡੀਸੀ ਸਾਹਿਬ ਤੁਹਾਡਾ ਕੋਈ ਹੱਲ ਕਰਨਗੇ, ਪਰ ਕੋਈ ਪ੍ਰੋਪਰ ਸਿੱਟਾ ਨਹੀਂ ਨਿਕਲ ਚੁੱਕਿਆ। ਇਸ ਕਰਕੇ ਅੱਜ ਸਾਨੂੰ ਦੁਬਾਰਾ ਸੜਕ ਦੇ ਉੱਪਰ ਆਉਣਾ ਪਿਆ ਵਾ, ਕਿਉਂਕਿ ਸਾਡੇ ਜਿਹੜੇ 15-20 ਪਿੰਡ ਰਹੇ ਇਹ ਬੈਟਰੀ ਲੱਗਣ ਨਾਲ ਪ੍ਰਭਾਵਿਤ ਹੋਣਗੇ, ਕਿਉਂਕਿ ਇਹਦੇ ਨਾਲ ਦਾ ਜਿਹੜਾ ਇੱਕ ਪਲਾਂਟ ਆ ਉਹ ਕੰਗੜਾੜੀ ਰਾਜਪੂਤ ਦਾ ਲੱਗਿਆ ਹੋਇਆ, ਉੱਥੇ ਦੇ ਇਲਾਕੇ ਦੇ ਲੋਕਾਂ ਨੂੰ ਪਤਾ ਨਹੀਂ ਸੀ, ਉਹ ਅਵੇਅਰ ਨਹੀਂ ਸੀਗੇ, ਅਤੇ ਹੁਣ ਉਹ ਬਹੁਤ ਜ਼ਿਆਦਾ ਪਰੇਸ਼ਾਨ ਨੇ, ਉਹਨਾਂ ਨੂੰ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਸਮੱਸਿਆਵਾਂ ਹੋ ਰਹੀਆਂ ਨੇ। ਇਸ ਕਰਕੇ ਸਾਨੂੰ ਜੇ ਇਸ ਚੀਜ਼ ਦਾ ਪਤਾ ਲੱਗਿਆ ਤਾਂ ਅਸੀਂ ਇਹਦਾ ਪਹਿਲੇ ਦਿਨ ਤੋਂ ਹੀ ਵਿਰੋਧ ਕਰ ਰਹੇ ਹਾਂ। ਅਸੀਂ ਸਰਕਾਰ ਅੱਗੇ ਵੀ ਇਹੀ ਅਪੀਲ ਕਰ ਰਹੇ ਹਾਂ ਵੀ ਸਰਕਾਰ ਨੂੰ ਫੌਰੀ ਤੌਰ 'ਤੇ ਫੈਸਲਾ ਲੈ ਕੇ ਸਿਵਲ ਪ੍ਰਸ਼ਾਸਨ ਨੂੰ ਇਹਨੂੰ ਫੈਕਟਰੀ ਨੂੰ ਬੰਦ ਕਰਨਾ ਚਾਹੀਦਾ। ਦੇਖੋ ਜੀ, ਧਰਨੇ ਦਾ ਕੁਛ ਨਹੀਂ ਕਹਿ ਸਕਦੇ, ਲੋਕਾਂ ਦੇ ਵਿੱਚ ਰੋਹ ਵਾ ਵੀ ਜਦ ਤੱਕ ਇਸ ਫੈਕਟਰੀ ਬੰਦ ਨਹੀਂ ਹੁੰਦੀ, ਸਰਕਾਰ ਸਾਨੂੰ ਪੱਕੇ ਤੌਰ 'ਤੇ ਨਹੀਂ ਦੱਸਦੀ ਵੀ ਇਹ ਬੰਦ ਹੋਊਗੀ ਜਦ ਤੱਕ ਅਸੀਂ ਧਰਨਾ ਲਾ ਕੇ ਨਵਜੀਤ ਪਿੰਡ ਵਾਲੇ ਸਪੋਰਟ ਆਏ ਹੋ, ਕੀ ਕਹਿਣਾ ਚਾਹੁੰਦੇ? ਦੇਖੋ ਜੀ, ਇਹ ਜਿਵੇਂ ਤੁਹਾਨੂੰ ਪਹਿਲਾਂ ਹੀ ਪਤਾ ਮੁੱਦਾ ਹੈਗਾ, ਕੋਈ ਫੈਕਟਰੀ ਲੱਗ ਰਹੀ ਆ ਬਾਇਓਗੈਸ ਪਲਾਂਟ ਪਿੰਡ ਮੁਸਕਾਬਾਦ ਦੇ ਵਿੱਚ, ਜਿਹਦਾ ਪਿੰਡ ਵਾਸੀ ਜਿਹੜੇ ਆਲੇ ਦੁਆਲੇ ਦੇ 8-10 ਪਿੰਡ ਨੇ ਵਿਰੋਧ ਕਰ ਰਹੇ ਨੇ। ਮੈਂ ਬਤੌਰ MLA ਸਾਹਿਬ ਦੇ PA ਦੇ ਤੌਰ 'ਤੇ ਇੱਥੇ ਹਾਜ਼ਰੀ ਲਵਾਉਣ ਲਈ ਉਹਨਾਂ ਦੇ ਤਰਫੋਂ ਆਇਆ, ਕਿਉਂਕਿ ਜੇ ਪਿੰਡ ਵਾਲੇ ਵਿਰੋਧ 'ਚ ਨੇ ਤਾਂ ਅਸੀਂ ਵੀ ਲੋਕਾਂ ਦੇ ਨਾਲ ਖੜੇ ਹਾਂ। ਜਿੰਨੀ ਮਦਦ ਹੋ ਸਕਦੀ ਸੀ MLA ਸਾਹਿਬ ਨੇ ਪਹਿਲਾਂ ਵੀ ਇਹਨਾਂ ਨੂੰ ਪੂਰਾ ਸਾਥ ਦਿੱਤਾ ਪਿੰਡ ਵਾਲਿਆਂ ਨੂੰ, ਕਿਉਂਕਿ ਇੱਕ ਵਾਰ ਅਸੀਂ ਫੈਕਟਰੀ ਜਿਹੜੀ ਇਹਦੇ ਨਾਲ ਦੀ ਲੱਗੀ ਹੋਈ ਆ ਕੰਗੜਾੜੀ ਰਾਜਪੂਤਾਂ, ਉੱਥੇ ਖੁਦ MLA ਸਾਹਿਬ ਨਾਲ ਪ੍ਰਸ਼ਾਸਨ ਨੂੰ ਲੈ ਕੇ ਨਾਲ ਆਪਣੇ ਕਿਸਾਨ ਭਰਾਵਾਂ ਨੂੰ ਲੈ ਕੇ ਉੱਥੇ ਵਿਜ਼ਿਟ ਕਰਕੇ ਆਏ ਨੇ, ਤਾਂ ਕਿ ਦੇਖਿਆ ਜਾ ਸਕੇ ਵੀ ਉਹ ਫੈਕਟਰੀ ਦੇ ਨਤੀਜੇ ਕੀ ਨੇ ਜੋ ਦੇਖਣ 'ਚ ਨਹੀਂ ਸਹੀ ਲੱਗੇ। ਅਤੇ ਉਸ ਤੋਂ ਬਾਅਦ ਚੀਫ ਸੈਕਟਰੀ ਸਾਹਿਬ ਨਾਲ ਵੀ ਇਹਨਾਂ ਨੂੰ ਮਿਲਾ ਕੇ ਇਹਨਾਂ ਦਾ ਪੱਖਾ ਜਿਹੜਾ ਸਰਕਾਰ ਤੱਕ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਆ ਉਹ MLA ਸਾਹਿਬ ਵੱਲੋਂ ਕੀਤੀ ਗਈ ਆ। ਅਤੇ ਅੱਜ ਵੀ ਮੈਂ ਇੱਥੇ ਵਿਸ਼ਵਾਸ ਦਿਵਾਉਣਾ ਸਾਰਿਆਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਜੇ ਪਿੰਡ ਵਾਲਿਆਂ ਨੂੰ ਲੋੜ ਆ ਤਾਂ MLA ਸਾਹਿਬ ਸਭ ਤੋਂ ਮੂਹਰਲੀ ਕਤਾਰ ਦੇ ਵਿੱਚ ਉਹਨਾਂ ਦੇ ਨਾਲ ਖੜੇ ਨੇ। ਜਿਵੇਂ ਤੁਹਾਨੂੰ ਸ਼ਾਇਦ ਪਤਾ ਹੈ, ਮਸਲਾ ਕੋਰਟ ਦੇ ਵਿੱਚ ਵੀ ਗਿਆ ਹੋਇਆ, ਜੇ ਲੋੜ ਪਈ ਤਾਂ MLA ਸਾਹਿਬ ਲੋਕਾਂ ਦੇ ਵੱਲੋਂ ਕੋਰਟ ਦੇ ਵਿੱਚ ਪਾਰਟੀ ਬਣਨ ਲਈ ਵੀ ਤਿਆਰ। ਕੋਰਟ ਦੇ ਵਿੱਚ MLA ਸਾਹਿਬ ਇਹਨਾਂ ਵੱਲੋਂ ਆਪਣੇ ਭਰਾਵਾਂ ਵੱਲੋਂ ਉਸ ਫੈਕਟਰੀ ਮਾਲਕ ਦੇ ਖਿਲਾਫ਼ ਪਾਰਟੀ ਬਣਨ ਲਈ ਵੀ ਤਿਆਰ ਨੇ, ਜਿਸ ਤਰ੍ਹਾਂ ਦੀ ਵੀ ਲੋੜ ਹੋਈ ਤਾਂ ਹਾਜ਼ਰ ਕਰੇ। ਮਾਲਵਿੰਦਰ ਸਿੰਘ ਜੀ, ਮੁਸ਼ਕਾਬਾਦ ਤੋਂ। ਹਾਂਜੀ, ਕਾਰਨ ਉਹੀ ਜਿਹੜਾ 1.5 ਸਾਲ ਤੋਂ ਚੱਲ ਰਿਹਾ ਫੈਕਟਰੀ ਵਾਲਾ, ਜਿਹੜਾ ਪਿੰਡ ਦੇ ਕੋਲ ਲੱਗ ਰਹੀ ਫੈਕਟਰੀ, ਗੈਸ ਫੈਕਟਰੀ ਦੇ ਵਿਰੋਧ ਵਿੱਚ। ਕਿੰਨੇ ਪਿੰਡਾਂ ਦੇ ਲੋਕ ਨਾਲ ਨੇ? ਇਹ ਘੱਟੋ ਘੱਟ ਜੀ 15 ਪਿੰਡਾਂ ਦੇ ਲੋਕ ਨੇ। ਉਹੀ ਜਿਵੇਂ ਜੀ, ਸਾਨੂੰ ਸਾਰਿਆਂ ਨੂੰ ਖਾਸ਼ਾ ਵੀ, ਮੰਨ ਲਓ ਸਾਡਾ ਪਾਣੀ ਖਰਾਬ ਹੋਣਾ, ਵਾਤਾਵਰਨ ਖਰਾਬ ਹੋਣਾ, ਉਹਦੇ ਕਰਕੇ ਜੀ ਬਿਮਾਰੀਆਂ ਜੀ। ਹਾਂਜੀ, ਪ੍ਰਸ਼ਾਸਨ ਮਿਲ ਚੁੱਕੇ ਹੋ? ਹਾਂਜੀ, ਲੋਕਾਂ ਦੇ ਦਫ਼ਤਰ ਵੀ ਜਾ ਚੁੱਕੇ? ਹਾਂਜੀ, ਪਤਾ ਕੋਈ ਹੱਲ ਨਹੀਂ ਹੋ ਰਿਹਾ ਜੀ। ਹਾਂਜੀ, ਇਹ ਜਦੋਂ ਦਾ ਹੱਲ ਨਹੀਂ ਹੁੰਦਾ ਜੀ, ਹੁਣ ਕੋਈ ਪਤਾ ਨਹੀਂ ਕਿੰਨੇ ਦਿਨ ਚੱਲ ਸਕਦਾ ਜੀ। ਸਮਰਾਲਾ ਤੋਂ ਮਨੀਸ਼ ਸਚਦੇਵਾ ਦੀ ਰਿਪੋਰਟ।